ਜਿਹੜੇ ਭਰਾ ਚੰਗੇ ਕੱਦ ਕਾੜਦੇ, ਗੱਭਣ ਘੋੜੀ ਚੰਗੀ ਮਜ਼ਬੂਤੀ ਵਾਲੀ, ਹੱਡ ਪੈਰ ਵੱਡਾ, ਖੁੱਲ੍ਹੀ ਬਾਡੀ ਦੀ ਘੋੜੀ ਲੱਭਦੇ ਆ, ਤਾਂ ਆਹ ਘੋੜੀ ਦੇਖ ਲਿਓ ਮਿੱਤਰੋ, ਕੱਦ ਵੀ ਪੂਰਾ ਟੌਪ ਦਾ, ਰਾਜੀ ਵੀ ਸੋਹਣੀ ਆ, ਅਤੇ ਦੂਰੋਂ ਘੋੜਿਆਂ ਦਾ ਭੁਲੇਖਾ ਵੀ ਪਾਉਂਦੇ, ਸੁੰਬ ਸੁੰਬ ਬਹੁਤ ਡਬਲ ਆ। ਸਾਰੀ ਹੌਲੀ ਤੇਜ਼ ਤੋਰ ਕੇ ਦਿਖਾਵਾਂਗੇ, ਸਾਰੀ ਵੀਡੀਓ ਵਿੱਚ ਡਿਟੇਲ ਦੇਵਾਂਗੇ। ਪਹਿਲਾਂ ਤਾਂ ਸਵਾਗਤ ਆ ਜਿਹੜੇ ਭਰਾ ਆਪਣੇ ਨਾਲ ਬਾਬਾ ਅਜੀਤ ਦਾ ਸਟਾਰ ਫਾਰਮ ਯੂਟਿਊਬ ਚੈਨਲ 'ਤੇ ਜੁੜੇ ਆ, ਅਤੇ ਜਿਹੜੇ ਇਹ ਵੀਡੀਓ ਫੇਸਬੁੱਕ ਪੇਜ 'ਤੇ ਦੇਖ ਰਹੇ ਆ, ਉਹਨਾਂ ਦੇ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ ਜੀ। ਦੋਸਤੋ, ਅੱਜ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਹਾਂ। ਅੱਜ ਤੁਹਾਡੇ ਲਈ ਬਹੁਤ ਹੀ ਚੰਗੇ ਕੱਦ ਕਾਡ ਦੀ ਘੋੜੀ ਲਿਆਏ ਹਾਂ। ਸੋਹਣੇ ਅਤੇ ਸੁਹਾਗਾ ਹੀ ਆ, ਆਪਾਂ ਕਹਿ ਸਕਦੇ ਹਾਂ ਵੀ ਉੱਪਰੋਂ ਗੱਭਣ ਚੈੱਕ ਪਾਸ ਆ, ਹਾਈਟ ਹੂਈਟ ਸੋਹਣੀ ਆ, ਮਜ਼ਬੂਤੀ ਸੋਹਣੀ ਆ, ਪਲੀ ਪੁਲੀ ਚੰਗੀ ਆ। ਅਤੇ ਇੱਕ ਗੱਲ ਹੋਰ, ਮਗਰ ਵੀ ਨੁਕਰਾ ਬੱਚਾ ਪਹਿਲਾਂ ਦੇ ਕੇ ਆਈ, ਹੁਣ ਵੀ ਨੁਕਰੇ ਦੇਣ ਦੇ ਪੂਰੇ ਚਾਂਸ ਆ। ਸਾਰੀ ਡਿਟੇਲ ਦੇਵਾਂਗੇ, ਬਸ ਵੀਡੀਓ ਪੂਰੀ ਦੇਖ ਲਿਓ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ। ਅਤੇ ਜਿਹੜੇ ਭਰਾ ਹਜੇ ਤਾਂ ਆਪਣੇ ਚੈਨਲ ਨਾਲ ਨਹੀਂ ਜੁੜੇ, ਉਹਨਾਂ ਨੂੰ ਬੇਨਤੀ ਵੀ ਚੈਨਲ ਸਬਸਕ੍ਰਾਈਬ ਕਰ ਲਿਓ। ਦੋਸਤੋ, ਅੱਜ ਲਿਆਏ ਤੁਹਾਡੇ ਲਈ ਚੰਬੀ ਘੋੜੀ, ਆਪਾਂ ਇਹਨੂੰ ਗਲਦੀ ਚੰਬੀ ਜਾਂ ਚੀਨੀ ਵੀ ਕਹਿ ਦਿੰਦੇ ਆ, ਅਤੇ ਚਿਤਲੀ ਵੀ ਕਹਿ ਦਿੰਦੇ ਆ, ਅਤੇ ਪੌਣੀ ਨੁਕਰੀ ਵੀ ਕਹਿ ਦਿੰਦੇ ਆ, ਕਿਉਂਕਿ ਇਹ 'ਚ ਚੰਬਾ ਪਾਣੀ ਇੰਨਾ ਜ਼ਿਆਦਾ, ਤੁਸੀਂ ਦੇਖ ਸਕਦੇ ਹਾਂ ਸਾਰੀਆਂ ਦਾ ਲੱਤਾਂ ਚਿੱਟੀਆਂ, ਸਾਰਾ ਮੂੰਹ ਚਿੱਟਾ, ਧੌਣ ਢਿੱਡ ਸਾਰਾ ਕੁਛ ਚਿੱਟਾ ਹੀ ਆ। ਅਤੇ ਬਾਕੀ ਸੁੰਬ ਸੁੰਬ ਦੇਖੋ ਕਿੰਨਾ ਜ਼ਿਆਦਾ ਮਜ਼ਬੂਤ ਲੱਗਿਆ ਹੋਇਆ, ਬਾਡਾ ਬੁੱਡਾ ਬਹੁਤ ਚੌੜਾ ਲੱਗਿਆ, ਸਵਾਰੀ ਸੂਰੀ ਦੀ ਪਾਸ ਆ, ਅਤੇ ਪੂਰੀ ਚੰਗੀ ਆਪਾਂ ਪਿੱਠ ਪੁੜੇ ਜਾਂਦੀ ਉਹ ਕਹਿ ਸਕਦੇ ਹਾਂ। ਅਤੇ ਸਭ ਤੋਂ ਪਹਿਲਾਂ ਇਹਦੀਆਂ ਬਾਲ ਭੌਰੀਆਂ ਦੀ ਗੱਲ ਕਰੀਏ, ਬਾਲ ਭੌਰੀਆਂ ਵੱਲੋਂ ਪੂਰੀ ਤਰ੍ਹਾਂ ਸਾਫ਼ ਆ ਜੀ। ਨੰਬਰ 2 'ਤੇ ਇਹਦੀ ਹਾਈਟ ਦੀ ਗੱਲ ਕਰੀਏ, 61.5 ਇੰਚ ਫੱਟੀ ਵਾਲੀ ਹਾਈਟ ਆ ਜੀ, ਫੀਤੇ ਵਾਲੀ, ਬਾਹਰ ਤੋਂ ਬਾਹਰ ਵੀ ਹੋਜੂ, 63 ਵੀ ਹੋ ਜੂ, ਪਰ ਜਿਹੜੀ ਸਕੇਲ ਵਾਲੀ ਹਾਈਟ ਆ ਉਹ 61.5 ਇੰਚ ਹਾਈਟ ਆ। ਅਤੇ ਉਮਰ ਦੀ ਗੱਲ ਕਰੀਏ, 4.5 ਸਾਲ ਉਮਰ ਆ ਜੀ, ਨਵੀਂ ਉਮਰ ਦੀ ਆ, ਪਹਿਲਾਂ ਸੂਆ ਦੇ ਕੇ ਆਈ ਆ। ਅਤੇ ਗਰਦਨ ਗੁਰਦਨ ਦਾ ਕੁੰਡ ਕੁੰਡ ਦੇਖੋ ਕਿੰਨਾ ਜ਼ਿਆਦਾ ਚੰਗਾ। ਤੁਹਾਨੂੰ ਇੱਕ ਗੱਲ ਦੱਸੂ, ਥੋੜ੍ਹਾ ਜਿਹਾ ਘੋੜੀ ਜਿਵੇਂ ਖੁੱਲ੍ਹੇਪਣ 'ਚੋਂ ਆਈ ਕਰਕੇ ਨਾ, ਬਹੁਤ ਹੀ ਆਰਾਮ ਵਾਲੇ ਪਾਸਿਓਂ ਆਈ ਹੋਈ ਆ, ਅਤੇ ਆਹ ਮੱਖ ਦਾ ਬਹੁਤ ਕਰਦੇ, ਜਿਵੇਂ ਦੇਖੋ ਪੂਸ ਮਾਰੀ ਜਾਂਦੀ ਆ, ਖੜੀ ਦੀ ਮੈਂ ਵੀਡੀਓ ਲਾਊ ਮਾੜੀ, ਉਹ ਵੀ ਦੇਖੋ ਕਦੇ ਮੂਹਰਲਾ ਪੈਰ ਚੱਕ ਲਿਆ, ਕਦੇ ਮਗਰਲਾ, ਵੀ ਮੱਖੀ ਨਹੀਂ ਇਹਨੂੰ ਟਿਕਣ ਦਿੰਦੀ, ਉਹ ਤੋਂ ਥੋੜ੍ਹਾ ਜਿਹਾ ਅਨਕੰਫਰਟੇਬਲ ਇਹਨੇ ਫੀਲ ਕੀਤਾ, ਉਹ ਵਜ੍ਹਾ ਨਾਲ ਇਹਨੇ ਆਪਣੇ ਆਪ ਨੂੰ ਇੰਨਾ ਸੋਹਣਾ ਪਰਫੋਰਮ ਨਹੀਂ ਕੀਤਾ। ਪਰ ਜਦੋਂ ਤੁਸੀਂ ਆ ਕੇ ਸਾਹਮਣੇ ਦੇਖੋ ਘੋੜੀ, ਪਹਿਲਾਂ ਨਾਲ ਵੀ ਵੀਡੀਓ ਨਾਲ ਵੀ ਜ਼ਿਆਦਾ ਚੰਗੀ ਲੱਗੂ, ਤੁਹਾਨੂੰ ਦਿਲ 'ਚ ਬਹਿ ਜੂ। ਬਾਕੀ ਨੁਕਰੇ ਬੱਚੇ ਦੇਣ ਵਾਲੀ ਆ 100%, ਗੱਭਣ ਚੈੱਕ ਪਾਸ ਆ, ਗੱਭਣ ਚੈੱਕ ਪਾਸ ਹੈਗੀ ਦੋਸਤੋ 40 ਕੁ ਦਿਨ ਦੀ, ਬਜਾਜ ਘੋੜੇ ਤੋਂ, ਕਲਾਲ ਮਾਜਰੇ ਵਾਲੇ ਤੋਂ, ਤੁਸੀਂ ਜਿਹੜੇ ਮਰਜ਼ੀ ਡਾਕਟਰ ਤੋਂ ਆਪਦੀ ਚੈੱਕ ਕਰਵਾ ਕੇ ਲਿਜਾ ਸਕਦੇ ਆ, ਆਪਣੀ ਚੈੱਕ ਹੋਏ ਡਾਕਟਰ ਕਰਮਜੀਤ ਤੋਂ ਜੀ, ਗੱਭਣ ਚੈੱਕ ਪਾਸ ਆ, ਜਿਹੜਾ ਮਰਜ਼ੀ ਡਾਕਟਰ ਲਿਆਓ ਆਪਦੀ ਚੈੱਕ ਕਰਵਾ ਕੇ ਲੈ ਜਾਓ ਜੀ। ਬਾਲ ਭੌਰੀਆਂ ਦੀ ਜਮ੍ਹਾਂ ਸਾਫ਼ ਆ, ਹੱਥਾਂ ਪੈਰਾਂ ਦੀ ਬਿਲਕੁਲ ਸਾਫ਼ ਆ। ਅਤੇ ਇੱਕ ਵਾਰ ਫਿਰ ਮੋਟੀ ਮੋਟੀ ਡਿਟੇਲ ਦੇ ਦਾਂ ਵੀ 4.5 ਸਾਲ ਦੀ ਉਮਰ ਆ ਦੋਸਤੋ, 61.5 ਇੰਚ ਇਹਦੀ ਹਾਈਟ ਆ ਜੀ, ਅਤੇ ਬਾਡੀ ਬੁੱਡੀ ਚੰਗੀ ਆ, ਮਜ਼ਬੂਤੀ ਮਜ਼ਬਾਤੀ ਸੋਹਣੀ ਆ, ਸਵਾਰੀ ਦੀ ਪਾਸ ਆ, ਸਾਊ ਠੰਡੀ ਆ, ਅਤੇ ਗੱਭਣ ਚੈੱਕ ਪਾਸ। ਸੋ ਜੇ ਤੁਹਾਡੇ ਘੋੜੀ ਪਸੰਦ ਆਉਂਦੀ ਤਾਂ ਥੱਲੇ ਨੰਬਰ ਦੇ 'ਤੇ ਫੋਨ ਲਾ ਲਿਓ, ਰੇਟ ਪਤਾ ਲੈ ਲਿਓ, ਮਿਲਦੇ ਜਲਦ ਨਵੀਂ ਵੀਡੀਓ ਨੂੰ। ਧੰਨਵਾਦ।